शुभदीप सिंह सिद्धू मूसेवाले के पिता बलकौर सिंह ने पंजाब सरकार नूं दो टुक सुणाउंदिआं कहा कि जे इंसाफ ना मिलिआ तां नक्क च दम कर देंगे। कटाई की सुरक्षा लीक करन वालिआं दे खिलाफ कार्रवाई करन दी मंग करदिआं मूसेवाले दे पिता ने तिखा सवाल पुछिआ है कि उन्हां लोकां खिलाफ कार्रवाई आखिरकार कदों करोंगे जिन्हां ने उन्हां दे पुत दी जान लै लई। सुरक्षा की खबर लीक करन वालिआं नूं पिता ने गद्दार भी दस्सिआ अते उन्हां खिलाफ कार्रवाई करन दी मंग भी कीती अते शरेआम उन्हां दे नाम भी ਲੈ ਗਏ। ਤੇ ਜਿਹੜੀਆਂ ਬਾਕੀ ਰਹਿੰਦੀਆਂ ਗੱਲਾਂ ਜਿਵੇਂ ਵੀਰ ਨੇ ਦੱਸੀਆਂ ਨੇ ਕਿਉਂਕਿ ਨੂੰ ਲੀਕ ਕਰਨ ਵਾਲੇ ਮਰਤੇਜ ਬੰਦੂ ਸਾਹਿਬ ਹਾਲੇ ਤੱਕ ਸਰਕਾਰ ਨੇ ਉਹਨਾਂ ਨੂੰ ਮੇਰਾ ਖਿਆਲ ਜਵਾਬ ਤਲਬੀ ਤੱਕ ਵੀ ਉਹਨਾਂ ਨੇ ਕੀਤੀ ਲੋਕਾਂ ਨੇ ਵੀ ਤੁਸੀਂ ਇਹ ਤੁਹਾਨੂੰ ਅਧਿਕਾਰ ਕੀ ਨਹੀਂ ਦਿੱਤਾ ਸਿਕਿਉਰਿਟੀ ਬਾਰੇ ਖਬਰਾਂ ਨਸ਼ਰ ਕਰਨ ਦਾ ਜਦਕਿ ਹਰੇਕ ਮੰਤਰੀ ਸਾਹਿਬਾਨ ਨੂੰ ਕੋਈ ਵੀ ਆਪਦੇ ਲਈ ਸਹੁੰ ਚੁੱਕਦਾ ਤਾਂ ਸਹੁੰ ਚੁਕਾਈ ਇਸ ਕਰਕੇ ਜਾਂਦੀ ਮੈਂ ਆਪਦੇ ਭੇਜ ਦੇ ਜਿਹੜੇ ਡਿਪਾਰਟਮੈਂਟ ਦੇ ਉਹ ਗੁਪਤ ਰੱਖੂਗਾ ਤਾਂ ਇਹਨਾਂ ਨੇ ਉਹ ਸਹੁੰ ਦੀ ਵੀ ਉਲੰਘਣਾ ਕੀਤੀ ਹੈ। ਸਿਕਿਉਰਿਟੀ ਦੇਣਾ ਨਾ ਦੇਣਾ ਸਰਕਾਰਾਂ ਦਾ ਕੰਮ ਹੈ ਪਰ ਅੰਦਰ ਦੀਆਂ ਫਾਈਲਾਂ ਨੂੰ ਲੀਕ ਕਰਨਾ ਇੱਕ ਗਦਾਰੀ ਵਰਗਾ ਕੰਮ ਹੈ। ਐਤਵਾਰ ਨੂੰ ਆਪਣੇ ਘਰ ਪਿੰਡ ਮੂਸਾ ਮਾਨਸੰਦ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਪੁੱਤ ਦੀ ਕਾਮਯਾਬੀ ਨੂੰ ਯਾਦ ਕਰਦਿਆਂ ਆਪਣੇ ਨਾਲ ਹਮੇਸ਼ਾ ਖੜਨ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਪੀੜਤ ਪਿਤਾ ਨੇ ਕਿਹਾ ਕਿ ਲੋਕਾਂ ਦੇ ਹੌਸਲੇ ਕਰਕੇ ਹੀ ਅਸੀਂ ਇਨਸਾਫ ਦੀ ਲੜਾਈ ਲੜਨ ਜੋਗੇ ਹੋਏ ਹਾਂ ਅਤੇ ਅਸੀਂ ਇਨਸਾਫ ਲੈ ਕੇ ਰਹਾਂਗੇ। ਪਰਿਵਾਰ ਦੀ ਤਰਫੋਂ ਗ੍ਰਾਮ ਪੰਚਾਇਤ ਦੀ ਤਰਫੋਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਭਰਾ ਨੂੰ ਪਿੱਠ ਨਹੀਂ ਦਿਖਾਈ ਪਸੰਦ ਵੀ ਕੀਤਾ ਪਰਿਵਾਰ ਨਾਲ ਮੋਢੇ ਨੂੰ ਮੋਢਾ ਲਾ ਕੇ ਖੜ੍ਹੇ ਔਰ ਸਾਨੂੰ ਹੁਣ ਤੱਕ ਗੌਰਮੈਂਟ ਨਾਲ ਲੜਨ ਦੀ ਤਾਕਤ ਦਿੱਤੀ ਹੈ ਤੁਸੀਂ ਕਿਉਂਕਿ ਤੁਹਾਨੂੰ ਵੇਖ ਕੇ ਜਿਵੇਂ ਪਹਾੜ ਜੀ ਦਾ ਦੁੱਖ ਸੀਗਾ ਵੀਰੋ ਬੰਦਾ ਕਿਲਰ ਜਾਂਦਾ ਹੈ ਪਰ ਤੁਹਾਡੀ ਆਮਦ ਨੇ ਮੈਨੂੰ ਕਾਫੀ ਤਾਕਤ ਦਿੱਤੀ ਹੈ ਆਹ ਤੁਹਾਡੇ ਸਾਹਮਣੇ ਖੜ੍ਹ ਜੋਗੀ ਹਿੰਮਤ ਦਿੱਤੀ ਹੈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਜਿੱਥੇ ਤੁਸੀਂ ਸਿੱਧੂ ਨੂੰ ਪਿਆਰ ਕਰਦੇ ਹੋ ਉਹਨੇ ਜਿਵੇਂ ਸਿੱਧੂ ਆਪਣੇ ਮਾਪਿਆਂ ਦੇ ਨਾਲ ਜੁੜਿਆ ਫਿਰ ਉਹ ਮੇਰੀ ਕੋਈ ਔਕਾਤ ਨਹੀਂ ਸੀ ਮੈਨੂੰ ਕੋਈ ਨਹੀਂ ਜਾਣਦਾ ਸੀ ਜੇ ਅੱਜ ਮੈਨੂੰ ਵੀ ਇੰਸਟਾ ਦੇ ਉੱਤੇ ਮਿਲੀਅਨ ਲੋਕ ਫੋਲੋ ਕਰਦੇ ਹੈ ਮੂਸੇਵਾਲੇ ਦੇ ਪਿਤਾ ਨੇ ਉਸ ਥਾਰ ਦੀ ਵੀ ਗੱਲ ਕੀਤੀ ਜਿਹੜੀ ਇੱਕ ਦਿਨ ਪਹਿਲਾਂ ਹੀ ਘਰੇ ਪਹੁੰਚੀ ਹੈ ਅਤੇ ਅਦਾਲਤ ਨੂੰ ਅਪੀਲ ਕਰਨ ਦੇ ਬਾਅਦ ਹੀ ਅਦਾਲਤ ਨੇ ਮਾਪਿਆਂ ਨੂੰ ਇਹ ਥਾਰ ਘਰੇ ਲਿਜਾਣ ਦੀ ਕੁਝ ਸ਼ਰਤਾਂ ਦੇ ਸਮੇਤ ਘਰੇ ਲਿਜਾਣ ਦੀ ਇਜਾਜ਼ਤ ਦਿੱਤੀ। ਜਦੋਂ ਥਾਰ ਘਰੇ ਪਹੁੰਚੀ ਤਾਂ ਮਾਪੇ ਭਾਵੁਕ ਹੋ ਗਏ ਸੀ ਕਿਉਂਕਿ ਉਹੀ ਗੱਡੀ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਸਵਾਰ ਹੋ ਕੇ ਗਿਆ ਸੀ ਅਤੇ ਉਹਦਾ ਦਰਦਨਾਕ ਕਤਲ ਕਰ ਦਿੱਤਾ ਗਿਆ ਸੀ।